ਅਰੇ ਉਹ ਜ਼ਰਦਾਰੀ, ਔਰੇ ਛਾਲਾ ਕੰਮ ਕਦੋਂ ਸ਼ੁਰੂ ਕੀਤਾ ਜੀ? ਔਰ ਨਾਲ ਸਟਾਰ ਵੀ ਵਜਾਉਣਾ ਸ਼ੁਰੂ ਕਰ ਦਿੱਤਾ ਜੀ। ਉਹ ਬਹੁਤ ਚੰਗਾ ਕੰਮ ਕੀਤਾ ਜੀ, ਹੁਣ ਕੋਈ ਦਿਹਾੜੀ ਛੜੀ ਵਾਲੀ ਲਾ ਲੈਂਦਾ ਅਸੀਂ। ਹੈ ਕੰਮ ਠੀਕ ਹੀ, ਆਪਣਾ ਮਿਹਨਤ ਮਜ਼ਦੂਰੀ ਕੀਤੀ ਤਾਂ ਸਾਈਡ 'ਤੇ ਹੋ ਗਿਆ, ਠੀਕ ਹੈ ਨਾ? ਉਹ ਹੈ ਕਦੋਂ ਦਾ ਕੰਮ ਸ਼ੁਰੂ ਕੀਤਾ ਜੀ? ਇਹ ਤਾਂ ਕੋਈ ਵੱਲ ਕੋਈ ਪੈਸਾ ਸ਼ੈਸਾ ਦਿਹਾੜੀ ਦਾ ਕੋਈ ਆ ਬਣ ਜਾਈ, ਦਿਹਾੜੀ ਛਾੜੀ ਕੋਈ ਲੱਗ ਪੈਂਦੀ ਆ। ਅਰੇ ਹਾਂ ਯਾਰ, ਗੰਡਾਪੁਰ ਬੜੀ ਜ਼ਬਰਦਸਤ ਦਿਹਾੜੀ ਲੱਗਦੀ ਹੈ। ਜਦੋਂ ਦਾ ਮੈਂ ਇਹਦੇ 'ਚ ਨਚਾਉਣਾ ਸ਼ੁਰੂ ਕੀਤਾ ਅਤੇ ਇਹ ਨਾਲ ਸਟਾਰ ਵੀ ਮੈਂ ਕੁਝ ਅਰਸਾ ਪਹਿਲੇ ਸਿੱਖਿਆ ਸੀ ਅਤੇ ਇਹ ਬੜਾ ਹੁਣ ਇਹਦਾ ਤਾਂ ਮੈਂ ਮਾਸਟਰ ਹਾਂ, ਠੀਕ ਹੈ ਨਾ? ਸਟਾਰ ਵੀ ਨਾਲ ਵਜਾਇਣਾ ਅਤੇ ਨਾਲ ਇਸ ਉੱਤੇ ਮੇਰਾ ਰਿਛ ਜਿਹੜਾ ਨਾ ਉਹ ਡਾਂਸ ਕਰਦਾ, ਠੀਕ ਹੈ ਨਾ? ਬਹੁਤ ਜ਼ਬਰਦਸਤ ਕਿਸਮ ਦੀ ਡਾਂਸ ਕਰਦਾ, ਇਹ ਬੜਾ ਪਿਆਰਾ ਮੇਰਾ ਰਿਛ ਹੀ। ਤੈਨੂੰ ਮੈਂ ਕਿਹਾ ਦੱਸਾਂ ਗੰਡਾਪੁਰ। ਅੱਛਾ, ਇਹਦਾ ਮਤਲਬ ਹੈ ਤੂੰ ਖੂਬ ਕਮਾਈ ਕਰ ਰਿਹਾ ਔਰ ਖੂਬ ਪੈਸਾ ਕਮਾ ਰਿਹਾ ਹੈ। ਰਿਛ ਨਚਾਉਣਾ ਜਦੋਂ ਦਾ ਸ਼ੁਰੂ ਕੀਤਾ ਹੀ ਤਾਂ ਹੇ ਪਿੱਛੇ ਦੇਖ ਲੈ, ਤੇਰਾ ਗਿਲਾਨੀ ਬਰਾਤ ਨਾਲ ਤੇਰਾ ਪੁੱਤਰ ਵੀ ਖੜਾ, ਤਾਂ ਇਸ ਨੂੰ ਵੀ ਕੋਈ ਸ਼ਿਕਾਇਤ ਹੀ ਕੋਈ ਨਹੀਂ। ਮੈਂ ਤਾਂ ਐਵੇਂ ਇੱਥੇ ਗੁਜ਼ਰ ਰਿਹਾ ਸਾਂ ਅਤੇ ਦੇਖਿਆ ਕਿ ਜ਼ਰਦਾਰੀ ਬਿਰਾਤ ਰਿਛ ਨਚਾਉਣ ਵਾਲਾ ਕੰਮ ਸ਼ੁਰੂ ਕੀਤਾ। ਇਹ ਤਾਂ ਸਾਡਾ ਕੋਈ ਯਾਰ ਬੇਲੀ ਹੈ, ਦੇਖਿਆ ਅਤੇ ਅੱਗੇ ਤੂੰ ਇਹ ਕੰਮ ਸ਼ੁਰੂ ਕੀਤਾ ਜੀ। ਉਹ ਇਹ ਕੰਮ ਠੀਕ ਹੀ, ਰਿਛ ਨਚਾਉਣ ਵਾਲਾ ਕੰਮ ਜਿਹੜਾ ਹੈ ਨਾ, ਠੀਕ ਹੈ, ਆਪਣਾ ਇਮਾਨਦਾਰੀ ਨਾਲ ਕਮਾਇਆ ਨਾ, ਗੱਲ ਤਾਂ ਇਹ ਚੀਜ਼ ਹੈ, ਇਸੇ ਕੋ ਮਿਹਣਾ ਦਾ ਕੋਈ ਨਹੀਂ ਨਾ ਜ਼ਰਦਾਰੀ ਬਿਰਾ। ਅੱਛਾ, ਹੋ ਸਕਦਾ ਤੁਸੀਂ ਕੋ ਹੰਸ ਰਹੇ ਹੋ, ਮੈਨੂੰ ਵੇਖੇ ਤਾਂ ਮੈਂ ਕਿਹੜਾ ਕੰਮ ਸ਼ੁਰੂ ਕੀਤਾ, ਤਾਂ ਕੋਈ ਮਸਲਾ ਹੀ ਨਹੀਂ ਹੈ। ਅਸਾਂ ਤਾਂ ਇਸ ਦੀ ਬਿਸਤੀ ਦਾ ਸਾਹਮਣੇ ਰੱਖਿਆ ਹੀ ਕਦੇ ਨਹੀਂ ਨਾ। ਇਤਨਾ ਪੂਰਾ ਵਕਤ ਗੁਜ਼ਰ ਗਿਆ, ਹੁਣ ਇਸ ਉਮਰਾਂ 'ਚ ਪਹੁੰਚਿਆ, ਤਾਂ ਹੀ ਅਸਾਂ ਜਿਹੜਾ ਕੰਮ ਕੀਤਾ ਉਸ 'ਚ ਬੇਧੜਕ ਹੋ ਗਿਆ ਕੰਮ ਕੀਤਾ ਗੰਡਾਪੁਰ, ਠੀਕ ਹੈ ਨਾ? ਪਹਿਲਾਂ ਹਕੂਮਤਾਂ 'ਚ ਬੈਠੇ ਹਾਂ, ਵਜ਼ਾਰਤਾਂ 'ਚ ਬੈਠੇ ਹਾਂ, ਵਜ਼ਾਰਤਾਂ ਦੀ ਸੀਟਾਂ 'ਚ ਬੈਠੇ ਹਾਂ, ਸਿੰਧ ਨੂੰ ਨਾਲ ਦੀ ਹਕੂਮਤ ਕੀਤੀ ਹੈ, ਸਾਰੇ ਹਰ ਜਗ੍ਹਾ 'ਤੇ, ਲੇਕਿਨ ਅਸਾਂ ਬਿਲਕੁਲ ਸ਼ਰਮ ਯਾਦ ਇੱਕ ਸ਼ਹਿਰ 'ਚ ਰੱਖ ਦਿੱਤਾ, ਅਤੇ ਹੁਣ ਤਾਂ ਕੋਈ ਮਸਲਾ ਹੀ ਨਹੀਂ ਹੈ। ਹੁਣ ਤਾਂ ਰਿਛ ਨਚਾਉਣਾ ਸਾਡੇ ਵਾਸਤੇ ਕੋਈ ਮਸਲਾ ਹੀ ਨਹੀਂ ਹੈ, ਹੁਣ ਇਸ ਆਖਰੀ ਉਮਰ ਅਸਾਂ ਰਿਛ ਹੀ ਨਚਾਉਣਾ ਨਾ, ਹੋਰ ਅਸਾਂ ਕੀ ਕਰਨਾ ਗੰਡਾਪੁਰ? ਕਿਉਂ ਆ ਗੰਡਾਪੁਰ ਭਰਾ? ਹਾਂ ਨਹੀਂ ਨਹੀਂ ਠੀਕ ਹੀ ਤੂੰ ਕਹਿਣਾ, ਠੀਕ ਹੈ ਬਿਲਕੁਲ, ਇਹ ਅੰਬਰ ਰਿਛ ਨਚਾਉਣਾ ਦੇ ਗਿਆ ਨਾ, ਹੋਰ ਕਿਹੜਾ ਤੁਸਾਂ ਇੱਥੇ ਤੁਸਾਂ ਕੇਟੂ ਦੇ ਚੋਟੀਆਂ ਫਤਿਹ ਕਰਨੀਆਂ, ਪਹਿਲਾਂ ਜਿਹੜਾ ਕਮਾਉਣੀ ਜ਼ਿੰਦਗੀ 'ਚੋਂ ਕਮਾ ਲਈ, ਕੋਈ ਸਾਈਡ ਖਾਲੀ ਤੁਸਾਂ ਕੋਲ ਨਹੀਂ ਛੋੜੀ ਨਾ, ਠੀਕ ਹੈ ਠੀਕ ਹੈ, ਕਮਾਈ ਆ ਬਿਲਕੁਲ ਆਪਣੀ ਮਿਹਨਤ ਮਜ਼ਦੂਰੀ ਨਾਲ। ਪਿਆਰੇ ਦੋਸਤੋ, ਇਹ ਫਨੀ ਵੀਡੀਓ ਅਸਾਂ ਕਿਸੇ ਪਾਰਟੀ ਨਾਲ ਕੋਈ ਤਾਲਕ ਨਹੀਂ ਹੈ, ਸਿਰਫ ਸਾਨੂੰ ਇਨਸਾਨ ਵਾਸਤੇ ਫਨੀ ਖਾ ਕੇ ਬਣਾਏ ਜਾਂਦੇ ਹਨ। ਸਾਡੀ ਵੀਡੀਓ ਲਾਈਕ ਔਰ ਸਬਸਕ੍ਰਾਈਬ ਲਾਜ਼ਮੀ ਕਰ ਦਿਓ।